ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਮੁੱਦਾ ਪੱਖ ਗਿਆ ਬੁੱਧਵਾਰ ਨੂੰ ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਖਿਲਾਫ ੜਕਾਉ ਬਿਆਨ ਦੇਣ ਦਾ ਪੰਜਾਬ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਤੇ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਉਹਨਾਂ ਦੇ ਘਰ ਵੀ ਪਹੁੰਚ ਗਈ ਇਸ ਸਬੰਧੀ ਕੁਮਾਰ ਵਿਸ਼ਵਾਸ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਵੀ ਉਹਨਾਂ ਤੇ ਨਿਸ਼ਾਨਾ ਸਾਧਦੇ ਟਵੀਟ ਕਰਕੇ ਕਹਿੰਦੇ ਪੰਜਾਬ ਪੁਲਿਸ ਸਵੇਰੇ ਮੇਰੇ ਘਰ ਪਹੁੰਚੀ ਹੈ ਇੱਕ ਸਮੇਂ ਮੇਰੇ ਵੱਲੋਂ ਵਿੱਚ ਸ਼ਾਮਿਲ ਕਰਵਾਏ ਭਗਵੰਤ ਮਾਨ ਨੂੰ ਕਹਿੰਦੇ ਮੈਂ ਸਾਵਧਾਨ ਕਰਦਾ ਕਿ ਉਹ ਦਿੱਲੀ ਵਿੱਚ ਬੈਠੇ ਜਿਹੜੇ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਨੇ ਉਹ ਇੱਕ ਦਿਨ ਮਾਨ ਤੇ ਪੰਜਾਬ ਦੋਵਾਂ ਨੂੰ ਧੋਖਾ ਦੇਵੇਗਾ ਮੇਰੀ ਚੇਤਾਵਨੀ ਯਾਦ ਰੱਖੀ ਭਗਵੰਤ ਸਿੰਘ ਮਾਨ ਸਰੂਪਨਗਰ ਦੇ ਐਸਪੀ ਡੀ ਹਰਬੀਰ ਸਿੰਘ اٹਵਾਲ ਨੇ ਦੱਸਿਆ ਕਿ ਢਕਾਓ ਬਿਆਨ ਦੇਣ ਦੇ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਦੇ ਖਿਲਾਫ ਥਾਣਾ ਸਦਰ ਰੂਪਨਗਰ ਦੇ ਵਿੱਚ ਕੇਸ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਇਹ ਤੀਜੀ ਐਫ ਆਈ ਆਰ ਹੈ ਜੋ ਭਾਜਪਾ ਦੇ ਕਿਸੇ ਲੀਡਰ ਦੇ ਵਿਰੁੱਧ ਤਦ ਚੁਈਏ ਤੇ ਜਿਹੜਾ ਪੰਜਾਬ ਸੂਬੇ ਨਾਲ ਸੰਬੰਧਿਤ ਨਹੀਂ ਹੈ ਕੁਝ ਦਿਨ ਪਹਿਲਾਂ ਦਿੱਲੀ ਬੀਜੇਪੀ ਦੇ ਬੁਲਾਰੇ ਤੇਜندرਪਾਲ ਸਿੰਘ ਬੱਗਾ ਅਤੇ ਬੀਜੇਪੀ ਦੇ ਇੱਕ ਹੋਰ ਵਰਕਰ ਪ੍ਰੀਤੀ ਗਾਂਧੀ ਖਿਲਾਫ ਵੀ ਅਜੇਹੇ ਵੱਖ-ਵੱਖ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਹਾਲੀ ਜਿਹੜੀਆਂ ਚੋਣਾਂ ਹੋਈਆਂ ਨੇ ਪੰਜਾਬ ਚੋਣਾਂ ਉਸ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਤੇ ਖਾਲਸਤਾਨੀਆਂ ਦੇ ਨਾਲ ਸੰਪਰਕ ਰੱਖਣ ਦੇ ਗੰਭੀਰ ਦੋਸ਼ ਲਾਏ ਸੀ ਉਹਨਾਂ ਕਿਹਾ ਕਿ ਇੱਕ ਦਿਨ ਕੇਜੀਵਾਲ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਫਿਰ ਖਾਲਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਜਿਹੜਾ ਗਈ ਹੈ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਫੇਰ ਪੁਚਾੜਾ ਗਿਆ ਐਸਵਾਈਐਲ ਦਾ ਮੁੱਦਾ ਥੋੜਾ ਠੰਡਾ ਹੋ ਗਿਆ ਕੁਮਾਰ ਵਿਸ਼ਵਾਸ ਤੇ ਫੋਕਸ ਹੋ ਗਿਆ ਕਾਂਗਰਸ ਲੀਡਰ ਸੁਖਪਾਲ ਖੈਰਾ ਨੇ ਟਵੀਟ ਕੀਤਾ ਕਹਿੰਦੇ ਡਾਕਟਰ ਕੁਮਾਰ ਵਿਸ਼ਵਾਸ ਵੱਲੋਂ ਚੋਣਾ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਿਆਨ ਦੇਣ ਲਈ ਵਿਸ਼ਵਾਸ ਖਿਲਾਫ ਹੋਈ ਸਿਆਸੀ ਬਦਲਾਖੋਰੀ ਦੀ ਇਸ ਕਾਰਵਾਈ ਦੀ ਮੈਂ ਨਿੰਦਿਆ ਕਰਦਾ ਹਾਂ ਕਹਿੰਦੇ ਆਮ ਆਦਮੀ ਪਾਰਟੀ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਫਰਕ ਕੀ ਕੀ ਰਹਿ ਗਿਆ ਉਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਪੁਲਿਸ ਦਾ ਇਸਤੇਮਾਲ ਸਿਆਸੀ ਮਸਲੇ ਸੈੱਟ ਕਰਨ ਦੇ ਲਈ ਨਾ ਕੀਤਾ ਜਾਵੇ ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਵਾਲ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਇਸ ਮਸਲੇ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕੇਜਰੀਵਾਲ ਤੇ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਜਲੰਧਰ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਟਵੀਟ ਕੀਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਿਆਸੀ ਬਦਲਾਖੋਰੀ ਦੇ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਨਾ ਨਿੰਦਣਯੋਗ ਹੋਗਾ ਡੀਜੀਪੀ ਨੂੰ ਜ਼ਰੂਰਤ ਦਿਖਾ ਕੇ ਪੰਜਾਬ ਪੁਲਿਸ ਦੀ ਦੁਰਵਰਤ ਤੋਂ ਕਹਿੰਦੇ ਰੋਕਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਜੀਵਲ ਨਹੀਂ ਹੈ ਪੰਜਾਬ ਦੇ ਵਿੱਚ ਤੇ ਕਾਂਗਰਸ ਦੇ ਜਿਹੜੇ ਲੀਡਰਾਂ ਨੇ ਵਿਰੋਧ ਕੀਤਾ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਲੀਡਰ ਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ ਹੈ ਕਿ ਕਹਿੰਦੇ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਰੇ ਕਾਂਗਰਸੀ ਇੱਕ ਬੀਜੇਪੀ ਦੇ ਲੀਡਰ ਕੁਮਾਰ ਵਿਸ਼ਵਾਸ ਦੇ ਪਛਾਹ ਚ ਆ ਕੇ ਖੜ ਗਏ ਨੇ ਆਖਿਰ ਕਾਂਗਰਸੀਆਂ ਨੂੰ ਬੀਜੇਪੀ ਲੀਡਰਾਂ ਦੇ ਨਾਲ ਇੰਨਾ ਪਿਆਰ ਕਦੋਂ ਤੂੰ ਜਾਗ ਪਿਆ ਕਹਿੰਦੇ ਪੰਜਾਬ ਪੁਲਿਸ ਤੇ ਭਰੋਸਾ ਰੱਖੋ ਪੰਜਾਬ ਪੁਲਿਸ ਨੂੰ ਆਪਣਾ ਕੰਮ ਤੁਸੀਂ ਕਿਉਂ ਨਹੀਂ ਕਰਨ ਦੇ ਰਹੇ ਭਾਜਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਵੀ ਤੜਫੋਟੇ ਨੇ ਟਵੀਟ ਕੀਤਾ ਕਹਿੰਦੇ ਬਦਲਾਖੋਰੀ ਲਈ ਝੂਠੇ ਪਰਚੇ ਪਾਉਣ ਦੀਆਂ ਹਰਕਤਾਂ ਅਕਾਲੀ ਦਲ ਤੇ ਕਾਂਗਰਸ ਦੋਵਾਂ ਹੀ ਸਰਕਾਰਾਂ ਨੇ ਕੀਤੀਆਂ ਪੰਜਾਬੀਆਂ ਨੇ ਦੋਵਾਂ ਪਾਰਟੀਆਂ ਨੂੰ ਨਕਾਰ ਦਿੱਤਾ ਤੇ ਹੁਣ ਬਦਲਾ ਦਾ ਵਾਅਦਾ ਕਰਕੇ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਵੀ ਅਜਿਹੇ ਖੱਥ ਕੰਡੇ ਘਟੀਆਂ ਅਪਣਾਵੇਗੀ ਇਹ ਕਹਿੰਦੇ ਸੋਚਿਆ ਨਹੀਂ ਸੀ ਭਗਵੰਤ ਮਾਨ ਜੀ ਕਿ ਇਹੀ ਤੁਹਾਡਾ ਇਨਕਲਾਬ ਹੈ ਪત્રਕਾਰ ਤੇ ਆਵਾਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਰਹੇ ਆਸ਼ੂਤੋਸ਼ ਨੇ ਵੀ ਆਪਣੇ ਟਵੀਟ ਵਿੱਚ ਕਿਹਾ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਹੈ ਭਗਵੰਤ ਮਾਨ ਨੇ ਕਹਿੰਦੇ ਇੱਕ ਮੁੱਖ ਮੰਤਰੀ ਵਜੋਂ ਬਹੁਤ ਦੂਰ ਤੱਕ ਜਾਣਾ ਹੈ ਉਹਨਾਂ ਨੂੰ ਪੰਜਾਬ ਨੂੰ ਵਧੇਰੇ ਖੁਸ਼ਹਾਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲਿਸ ਕਾਂਗਰਸੀ ਲੀਡਰ ਅਲਕਾ ਲਾਂਬਾ ਦੇ ਦਿੱਲੀ ਵਾਲੇ ਘਰ ਵੀ ਪਹੁੰਚ ਗਈ। ਅਲਕਾ ਲਾਂਬਾ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਦੇ ਜਵਾਨ ਮੇਰੇ ਘਰ ਪਹੁੰਚੇ ਨੇ। ਦੋਸਤੋ ਥੋੜੀ ਦੇਰ ਬਾਅਦ ਅਲਕਾ ਲਾਂਬਾ ਨੇ ਇੱਕ ਹੋਰ ਟਵੀਟ ਕੀਤਾ ਜਿਸ ਦੇ ਵਿੱਚ ਰੋਪੜ ਪੁਲਿਸ ਵੱਲੋਂ ਦਿੱਤੇ ਗਏ ਇੱਕ ਨੋਟਿਸ ਦੀ ਤਸਵੀਰ ਸਾਂਝੀ ਕੀਤੀ। ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ 'ਤੇ ਇਲਜ਼ਾਮ ਲਾਉਂਦੇ ਕਿ ਹੈ ਕਿ ਪੰਜਾਬ ਪੁਲਿਸ ਘਰ ਦੀ ਕੰਧ 'ਤੇ ਇੱਕ ਨੋਟਿਸ ਚਿਪਕਾ ਗਈ ਹੈ। ਭਗਵੰਤ ਮਾਨ ਸਰਕਾਰ ਦੇ ਵੱਲੋਂ ਧਮਕੀ ਵੀ ਦੇ ਗਈ ਹੈ ਕਿ 26 April ਨੂੰ ਥਾਣੇ ਵਿੱਚ ਪੇਸ਼ ਨਾ ਹੋਏ ਤਾਂ ਅੰਜ ਕਿ ਉਹਨਾਂ ਨੇ ਹੋਰ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੇ ਕੇਸ ਵਿੱਚ ਪੁਲਿਸ ਪਹੁੰਚੀ ਆ ਉਹਨਾਂ ਦੇ ਕ